ਇੱਥੇ ਕੀ ਰੱਖਿਆ ਹੋਇਆ ਯਾਰ ਇੱਥੇ ਮੇਰੇ ਵਿਆਹ ਤੇ ਇਲਜ਼ਾਮ ਲੱਗਿਆ ਠੀਕ ਹੈ ਇੱਥੇ ਬਾਬੇ ਨਾਲ ਸੁੱਤਾ ਹੋ ਤੇ ਰੌਲਾ ਸਿਰਫ ਬਾਬੇ ਦਾ ਬਾਬਾ ਸੱਚ ਦੱਸ ਦੇਗਾ ਨਾ ਤੇ ਗੱਲ ਪੁੱਗ ਜਾਣੀ ਹੈ ਇਹ ਤੁਸੀਂ ਬਾਬੇ ਤੇ ਕੀ ਲੱਗਦੇ ਹੋ ਬਾਬਾ ਮੇਰੇ ਡੈਡੀ ਹੈ ਜਦੋਂ ਤੇਰੇ ਅੱਬੇ ਨੇ ਕਾਫੀ ਅਰਸੇ ਪਹਿਲੇ ਗੰਦੀ ਹਰਕਤ ਕਰ ਦਿੱਤੀ ਸੀ ਇਹ ਕਰਨੀ ਜ਼ਰੂਰੀ ਸੀ ਇਤਨਾ ਜ਼ਿਆਦਾ ਹੋ ਜਾਏ ਸਮਾਨ ਚੁੱਕੋ ਇਸ ਘਰ ਚੋਂ ਤੇ ਨਿਕਲੋ ਇਹ ਮੇਰਾ ਫੈਸਲਾ ਹੈ ਬੈਠ ਨਿਕਲੋ ਅਸੀਂ ਇੱਥੇ ਰਹਿੰਦੇ ਹਾਂ ਸ਼ੁਰੂ ਤੋਂ ਹੀ ਅਸੀਂ ਡਹੋਂ ਮਾਰ ਕੇ ਨਾ ਤੇਰੀ ਸਾਰੀ ਲੁੱਕ ਬਾਹਰ ਕੱਢ ਦੇਣੀ ਹਮ ਉਰਦੂ ਸਪੀਕ ਹੈ ਅੱਬਾ ਉਰਦੂ ਸਪੀਕ ਦਾ ਬੱਚਾ ਇੱਕ ਸਮ ਬੰਦਾ ਕਰੇ ਕੀ ਸਾਰੇ ਕੋ ਭਾਈ ਇੱਥੇ ਕੀ ਕੀ ਰੱਖਿਆ ਤੁਸੀਂ ਕੰਨ ਕਹੋਂ ਆਏ ਤੁਸੀਂ ਭਾਈ ਐਡੀ ਛੋਟੀ ਖੁਸਰੀ ਮੈਂ ਕੰਨ ਕਰਦਾ ਹਾਂਜੀ ਤੁਸੀਂ ਸੁਣਾਓ ਸ਼ੁਕਰ ਅੱਲਾ ਸਭ ਠੀਕ ਹੈ ਅੱਲਾ ਦੀ ਕਰਨਾ ਕੀ ਕਰਦੇ ਹੋ ਕੀ ਕਰ ਰਹੀ ਛੋਟਾ ਬਿਰਾ ਸਹੀ ਤਰ੍ਹਾਂ ਬਹਿ ਦੂਰੀ ਕੋਈ ਹੈ ਕਿਸੇ ਅੰਤਰੀ ਮਾਂ ਦਾ ਬੱਚਾ ਉਹ ਡੈਡੀ 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 ਹਾਂ ਡੈਡੀ ਕਰ ਲੈ ਆਇਆ ਕਿਹੜੇ ਕੰਮ ਇਸੇ ਕੰਮ ਆਇਆ ਨੀ ਦਿਆ ਬੱਚੇ ਇੱਕ ਪਰਚਾ ਬਾਬੇ ਤੇ ਇੱਕ ਮੇਰੇ ਤੇ ਆ ਤੋਂ ਦੀ ਤੇ ਥੱਲੋਂ ਕੀ ਪਾਇਆ ਹੈ ਹੈ ਥੱਲੋਂ ਲੈਂਟਰ ਪਾਇਆ ਉਹ ਲੈਟਰ ਹਟ ਕਰ ਰਹਾ ਹੈ ਕੀ ਕਹ ਰਹੀ ਹੈ ਉਹ ਤੋਂ ਕੀ ਨਹੀਂ ਲਿਆ ਉਹਨੇ ਗੋਲੀ ਖਾ ਲਈ ਵੈਸੇ ਬੈਕ ਉਹ ਗੱਲ ਸੁਣ ਬੁਲਾ ਉਹਨੂੰ ਬਾਹਰ ਆਪਣੇ ਪੁੱਤਰ ਆਇਆ ਇੰਜੀ ਜੀ ਉਮਰਾਂ ਕਰਕੇ ਆਇਆ ਹੈ ਕੀ ਫਸਾ ਪਾਏ ਉਹ ਕਾਕਾ ਮੈਂ ਕੀਤਾ ਕੀ ਮੈਂ ਤੇਰੇ ਡੋਂਗ ਮਾਰਨਾ ਤੇਰਾ ਸਿਰ ਲਾ ਦੇਣਾ ਮੇਰੇ ਅੱਬੇ ਨੂੰ ਮਾਰਨ ਤੋਂ ਪਹਿਲੇ ਤੈਨੂੰ ਮੇਰੇ ਅੱਬੇ ਦੀ ਲਾਸ਼ ਤੋਂ ਲੰਘਣਾ ਪਏਗਾ ਤੇਰੀ ਮਾਇਆ ਨੂੰ ਘਰ ਬਰਬਾਦ ਪਿਆ ਹੁੰਦੇ ਨੇ ਮੇਰੀ ਮਾਇਆ ਨੇ ਘਰ ਕਿਉਂ ਬਰਬਾਦ ਬਹੁਤ ਹੋ ਗਈ ਤਲਾਕ ਲੈ ਲਈ ਮੈਨੂੰ ਸੁਣ ਲੈ ਤੋਈ ਬਹੁਤ ਹੋ ਗਈ ਕਿੰਨੀ ਹੋ ਗਈ ਬਕਵਾਸ ਮਾਰ ਕੇ ਕੁੜੀਏ ਬਹੁਤ ਹੋ ਗਈ ਬਹੁਤ ਹੋ ਗਈ ਇਹ ਤਲਾਕ ਤਾਂ ਕਹਿੰਦੇ ਤੈਨੂੰ ਸ਼ਰਮ ਨਹੀਂ ਆਈ ਇਹ ਤਲਾਕ ਦੇ ਤਿਲ ਨਫ ਸੁਣ ਕੇ ਜ਼ਮੀਨ ਅਸਮਾਨ ਖੰਭ ਜਾਂਦੇ ਨੇ ਇਹ ਤਲਾਕ ਸਾਡੇ ਨਬੀ ਪਾਕ ਨੂੰ ਨਾ ਪਸੰਦ ਹੈ ਤੇ ਤੂੰ ਐਡੀ ਆਸਾਨੀ ਨਾਲ ਤਲਾਕ ਪਕ ਲਈ ਅਕੀ ਛੋਟੇ ਸ਼ੱਕ ਵੱਡੇ ਭੁਲੇਖੇ ਬਣ ਜਾਂਦੇ ਨੇ ਤੇ ਵੱਡੇ ਘਰ ਕਦੋਂ ਤਬਾਹ ਹੁੰਦੇ ਨੇ ਜਦੋਂ ਵੱਡਿਆਂ ਘਰਾਂ ਦੇ ਛੋਟੇ ਵੱਡੇ ਫੈਸਲੇ ਕਰਨ ਲੱਗ ਪੈਣ ਇਹ ਤੇ ਮੇਰੇ ਪੁੱਤਰਾਂ ਵਰਗਾ ਗਲਤੀ ਤੁਹਾਡੀ ਤੁਹਾਡਾ ਖਾਵਣ ਖਾਵਣ ਟੁੱਟਿਆ ਫੁੱਟਿਆ ਆਇਆ ਤੇ ਤੁਸੀਂ ਦਰਵਾਜ਼ਾ ਨਹੀਂ ਖੋਲਿਆ ਤੇ ਉਹ ਪੁੱਤਰ ਮੇਰੇ ਨਾਲ ਸੌਂ ਗਿਆ ਸੁਣ ਲੈ ਬਾਬਾ ਜੀ ਮੈਨੂੰ ਮਾਫ਼ ਕਰ ਦਿਓ ਲੇਕਿਨ ਇਹ ਦੱਸੋ ਉਸ ਦਿਨ ਹੋਇਆ ਕੀ ਸੀ ਤੂੰ ਪੁੱਤਰ ਲੱਗ ਲਿਆ ਤੈਨੂੰ ਮੈਂ ਦੱਸਣਾ ਹੀ ਦੱਸਣਾ ਇਹ ਆਇਆ ਇੱਥੇ ਮੈਂ ਸਿਰ ਰੱਖੇ ਦੇ ਬਾ ਅੱਛਾ ਏਡੀਆਂ ਅੱਛੀਆਂ ਗੱਲਾਂ ਕੀਤੀਆਂ ਮੈਂ ਤਾਂ ਤੂੰ ਐਵੇਂ ਸਮਝਦਾ ਤੂੰ ਤਾਂ ਪੂਰਾ ਕਾਮਲ ਖਾਏ ਮੇਰੀ ਗੱਲ ਸੁਣੋ ਹੁਣ ਸੌਰੀ ਕਰ ਮੈਨੂੰ ਮਾਫ਼ ਕਰ ਦਿਓ ਮੈਂ ਬਹੁਤ ਸ਼ਰਮਿੰਦਾ ਹਾਂ
ਕਿ ਮੈਂ ਇੱਕ ਬਜ਼ੁਰਗ ਦੇ ਉੱਤੇ ਸ਼ੱਕ ਕੀਤਾ ਤੇ ਤੁਹਾਡੇ ਉੱਤੇ ਆਪਣੇ ਖਾਵਾਂ ਦੇ ਉੱਤੇ ਸ਼ੱਕ ਕੀਤਾ ਇਹਨੂੰ ਕਹਿਣਾ ਬਈ ਮੁਰਾਦ ਨਹੀਂ ਬਣਦਾ ਮੰਗ ਰਹੀ ਹੈ ਮਾਫੀ ਉਹ ਮਾਫੀ ਵੈਸੇ ਬਾਬਾ ਮਾਫੀ ਚੱਲ ਨਹੀਂ ਹਾਲੇ ਨਹੀਂ ਕੀਤਾ ਬਾ ਚਲੋ ਸ਼ੁਕਰ ਹੈ ਯਾਰ ਸੁਲਾ ਹੋ ਗਈ ਬਾਬਾ ਇਹ ਗੱਲ ਦੱਸ ਰਜ਼ਾਈ ਦੇ ਵਿੱਚ ਕਰਨਾ ਕੀ ਹੈ ਅਗਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਾਣੀ ਗਰਮ ਕਰੀਏ ਤੇ ਨਾ ਲਾਓਗੇ ਸਾਬਣ ਕਿਹੜਾ ਹੋਏਗਾ ਸਾਬਣ ਕਿਹੜਾ ਹੋਏਗਾ ਬਲੈਪੀ ਪੁੱਠੀ ਜੁੱਤੀ ਪਾ ਕੇ ਤੇ ਕਹਿੰਦਾ ਮੇਰੇ ਚੱਕਰ ਆਣ ਦੇ ਮੇਰਾ ਭਰਾ ਇਹੋ ਜਿਹੇ ਬੰਦੇ ਆਪਣੀ ਭੈਣ ਦਾ ਵਿਆਹ ਨੀ ਕਰਦੇ ਉਹਨੂੰ ਆਂਡੇ ਖਾ ਜਾਂਦੇ ਮੈਂ ਗਰਮ ਹੋ ਗਿਆ ਆਪ ਹੀ ਨਿਕਲ ਜਾਈ ਅਸੀਂ ਤਾਂ ਸੁਣ ਨੀ ਸਕਦੇ ਤੁਸੀਂ ਸੁਣ ਸਕਦੇ ਰਾਤ ਨੂੰ ਆਪਣੇ ਪਿੰਡ ਕਹਿੰਦਾ ਭਾਜੀ ਮੇਰੇ ਵਾਲੇ ਪਾਸੇ ਨਾ ਪਾਸਾ ਲਵੋ ਮੈਨੂੰ ਮੂੰਹ ਆਉਂਦਾ ਮੈਨੂੰ ਡਰ ਆਉਂਦਾ ਅੱਛਾ ਜਦੋਂ ਤੇਰਾ ਮੂੰਹ ਇਧਰੋਂ ਤਾਂ ਮੈਨੂੰ ਡਰ ਲੱਗਦਾ ਮੈਨੂੰ ਡਰ ਲੱਗਦਾ ਇਹਦਾ ਬਾਬੇ ਦਾ ਨਹੀਂ ਜੇ ਤੇਰੇ ਵਾਲੇ ਪਾਸੇ ਕਰਾਂ ਤਾਂ ਮੈਨੂੰ ਆਉਂਦਾ ਇਹਦੀ ਇਹਦੀ ਬੀਵੀ ਕਹਿੰਦੀ ਏ ਇਹਦੀ ਬੀਵੀ ਕਹਿੰਦੀ ਸਰਤਾਜ ਪਰਾਂ ਨੂੰ ਮੂੰਹ ਕਰ ਲਓ ਤੇ ਕਹਿੰਦਾ ਪਰਾਂ ਨੂੰ ਹੀ ਏ ਕਹਿੰਦੀ ਓਹੋ ਦੋਵਾਂ ਪਾਸੇ ਕੰਜੀ ਹੋ ਇਹਦੀ ਬੁੱਢੀ ਕਹਿੰਦੀ ਰਾਤੀ ਬਿੱਲੀ ਸਾਰਾ ਦੁੱਧ ਪੀ ਕੇ ਕਹਿੰਦਾ ਤੂੰ ਕਮੀਜ਼ ਲਾ ਕੇ ਸੁੱਤੀ ਕਿਉਂ ਸੈ ਆਪ ਸਾਲਾ ਨਿੰਮ ਦੇ ਦਰਖਤ ਦੇ ਥੱਲੇ ਨਾ ਗੰਦਾ ਕੰਮ ਕਰਨ ਡਿਆ ਮੈਂ ਕਿਹਾ ਇਹ ਕੀ ਕਰ ਰਿਹਾ ਕਹਿੰਦਾ ਇਹਦੇ ਨਾਲ ਫੋੜੇ ਨਹੀਂ ਨਿਕਲਦੇ